ਸਲੋ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਮੋਨੂ। ਜਿਵੇਂ ਕਿ ਤੁਹਾਨੂੰ ਪਤਾ, ਫਲੋਰ ਦੇ ਵਿੱਚ ਆਏ ਦਿਨ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ, ਜੋ ਕਿ ਥਮਨ ਦਾ ਨਾ ਹੀ ਨਾਂ ਲੈ ਰਹੀਆਂ। ਅੱਜ ਹਲੇ ਇੱਕ ਜਿਹੜਾ ਲੋਕਾਂ ਦੇ ਵਿੱਚੋਂ ਸਹਿਮ ਦਾ ਮਾਹੌਲ ਨਹੀਂ ਨਿਕਲਿਆ ਵੀ ਕੇਨਰਾ ਬੈਂਕ ਦੇ ਵਿੱਚ ਅੱਜ ਜਿਹੜਾ ਇੱਕ ਬਜ਼ੁਰਗ ਵਿਅਕਤੀ ਆ ਉਹ ਕੇਨਰਾ ਬੈਂਕ ਦੇ ਵਿੱਚ ਜਾਂਦਾ ਤਾਂ ਉੱਥੋਂ ਆਪਣਾ ਕੋਈ ਕੈਸ਼ ਮਨੀ ਕਢਾਉਂਦਾ ਤਾਂ ਉਸਦੇ ਨਾਲ ਆ ਜਿਹੜਾ ਉੱਥੇ ਹੀ ਬੈਂਕ ਦੇ ਵਿੱਚ ਆ ਦੋ ਜਿਹੜੀਆਂ ਲੁਟੇਰਨਾਂ ਦੱਸੀਆਂ ਜਾ ਰਹੀਆਂ ਵੀ ਉਹਦੇ ਜੇਬ ਦੇ ਵਿੱਚੋਂ 40,000 ਰੁਪਇਆ ਕੱਢ ਕੇ ਆ ਜਿਹੜਾ ਉਹ ਫਰਾਰ ਹੋਣ ਲੱਗ ਗਈਆਂ, ਤਾਂ ਮੌਕੇ 'ਤੇ ਆ ਜਿਹੜਾ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਇੱਕ ਅੱਜ ਜਿਹੜੀ ਆ ਫਲੋਰ ਵਾਸੀਆਂ ਲਈ ਬੜੀ ਮੰਦਭਾਗੀ ਖਬਰ ਕਹਿ ਸਕਦੇ ਹਾਂ ਵੀ ਜਿਵੇਂ ਇੱਕ ਵਾਰਦਾਤ ਹੋਈ ਸੀ ਅਤੇ ਦੂਜੀ ਆ ਜਿਹੜੀ ਅੱਜ ਰਾਤ ਨੂੰ ਕੋਈ 8:15 ਵਜੇ ਦੇ ਕਰੀਬ ਆ ਜਿਹੜਾ ਇੱਕ ਨੌਜਵਾਨ ਲੁਧਿਆਣੇ ਤੋਂ ਜਿਹੜਾ ਸ਼ਾਹਪੁਰ ਨੂੰ ਜਾ ਰਿਹਾ ਸੀ ਅਤੇ ਫਲੋਰ ਜਿਹੜਾ ਬਾਈਪਾਸ ਦੇ ਉੱਤੇ ਆ ਜਿਹੜਾ ਜਦੋਂ ਉਹ ਆਪਣੇ ਕਹਿ ਲਓ ਆਰਮੀ ਕੈਂਪ ਦੇ ਸਾਹਮਣੇ ਪਹੁੰਚਦਾ ਤਾਂ ਉਸਦੇ ਲਾਗੇ ਛਾਗੇ ਜਿਹੜਾ ਉਸਦੇ ਨਾਲ ਆ ਮੋਟਰਸਾਈਕਲ ਦੇ ਉੱਤੇ ਉਸਨੂੰ ਫੋਨ ਆਉਂਦਾ। ਉਹ ਫੋਨ ਸੁਣਨ ਲੱਗਦਾ ਤਾਂ ਕੁਝ ਅਣਪਛਾਤੇ ਨੌਜਵਾਨ ਆ ਜਿਹੜੇ ਮੋਟਰਸਾਈਕਲ ਚੱਲਦੇ ਅਤੇ ਉਸਦੇ ਸਿਰ ਦੇ ਵਿੱਚ ਆ ਜਿਹੜਾ ਵਾਰ ਕਰ ਦਿੰਦੇ ਆ ਅਤੇ ਉਹ ਉੱਥੇ ਜਦੋਂ ਡਿੱਗ ਜਾਂਦਾ ਤਾਂ ਉਸਨੂੰ ਚੱਕ ਕੇ ਆ ਜਿਹੜਾ ਉਹ ਮਗਰ ਆ ਜਿਹੜਾ ਜੰਗਲ ਜੇ ਦੇ ਵਿੱਚ ਲੈ ਜਾਂਦੇ ਆ ਜਿੱਥੇ ਉਸਦੇ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਆ ਤਾਂ ਉਸਨੂੰ ਚੰਗੀ ਤਰ੍ਹਾਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਅਤੇ ਨੌਜਵਾਨ ਦੇ ਦੱਸਣ ਮੁਤਾਬਕ ਉਹਨਾਂ ਦੇ ਕੋਲ ਆ ਜਿਹੜਾ ਇੱਕ ਤੇਜ਼ਧਾਰ ਹਥਿਆਰ ਵੀ ਸੀ ਅਤੇ ਹੈਲਮੈਟਾਂ ਦੇ ਨਾਲ ਉਸਦੇ ਸਿਰ ਦੇ ਉੱਤੇ ਆ ਜਿਹੜਾ ਵਾਰ ਕੀਤਾ ਗਿਆ ਅਤੇ ਨੌਜਵਾਨ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਜ਼ੇਰੇ ਇਲਾਜ ਦਾਖਲ ਆ। ਤਾਂ ਉਸਨੇ ਦੱਸਿਆ ਵੀ ਉਸਦੇ ਬੈਗ ਦੇ ਵਿੱਚ ਆ ਜਿਹੜਾ 8,000-10,000 ਰੁਪਏ ਦੇ ਕਰੀਬ ਨਗਦੀ ਸੀਗੀ ਜਿਹੜੀ ਉਹ ਵੀ ਲੁਟੇਰਿਆਂ ਵੱਲੋਂ ਲੁੱਟੀ ਗਈ ਆ ਅਤੇ 3 ਜਣੇ ਅੰਦਰ ਖੜ੍ਹੇ ਸੀਗੇ ਟੋਟਲ। ਉਸਦੇ ਵੱਲੋਂ ਜਿਹੜਾ ਦੱਸਿਆ ਗਿਆ ਵੀ 5 ਬੰਦੇ ਸੀਗੇ ਜਿਹੜੇ ਉਸਦੇ ਨਾਲ ਆ ਜਿਹੜਾ ਮਾਰਕੁੱਟ ਕਰਦੇ ਰਹੇ ਅਤੇ ਉਸਨੇ ਦੱਸਿਆ ਵੀ ਉਸਨੂੰ ਇੰਨਾ ਕੁੱਟਿਆ ਕਿ ਉਸਦੇ ਜਿਹੜੇ ਕੱਪੜੇ ਵੀ ਉਹਨਾਂ ਨੇ ਉਤਾਰ ਦਿੱਤੇ ਸੀ ਜਦੋਂ ਸਿਵਲ ਹਸਪਤਾਲ ਲੈ ਕੇ ਆਏ ਆ ਤਾਂ ਉਸਨੇ ਕੱਪੜੇ ਵੀ ਵਿਚਾਰੇ ਨੇ ਪੁੱਠੇ ਪਾਏ ਹੋਏ ਸੀ, ਇੰਨਾ ਉਸਨੂੰ ਜਿਹੜਾ ਕੁੱਟਿਆ ਹੋਇਆ। ਅਤੇ ਮੌਕੇ 'ਤੇ ਜਿਹੜਾ ਥਾਣਾ ਫਲੋਰ ਦੇ SHO ਵੀ ਇੱਥੇ ਪਹੁੰਚੇ ਆ, ਉਹਨਾਂ ਨੇ ਵੀ ਆ ਜਿਹੜਾ ਆ ਕੇ ਮੌਕੇ 'ਤੇ ਮੁੰਡੇ ਨਾਲ ਗੱਲਬਾਤ ਕੀਤੀ ਆ। ਸਾਰੇ ਮਾਮਲੇ ਦਾ ਜਿਹੜਾ ਤਫਤੀਸ਼ ਆ ਜਿਹੜੀ ਅੱਗੇ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ। ਪਰ ਇੱਕ ਸੋਚਣ ਵਾਲੀ ਗੱਲ ਆ, ਅੱਜ ਪੰਜਾਬ ਦੇ ਜਿਹੜੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਫਲੋਰ ਦੇ ਵਿੱਚ ਪਹੁੰਚੇ ਸੀ ਅਤੇ ਫਲੋਰ ਦੇ ਵਿੱਚ ਚੱਪੇ ਚੱਪੇ 'ਤੇ ਜਿਹੜੀ ਆ ਪੁਲਿਸ ਵੀ ਤੈਨਾਤ ਦੇਖਣ ਨੂੰ ਮਿਲੀ ਸੀਗੀ। ਪਰ ਇੱਕ ਪੰਜਾਬ ਦੇ ਵਿੱਚ ਜਿਹੜਾ ਫਲੋਰ ਸ਼ਹਿਰ ਦੇ ਵਿੱਚ ਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਆਏ ਹੁਣ ਉਸੇ ਦਿਨ ਦੇ ਵਿੱਚ ਆ ਜਿਹੜਾ 2 ਵਾਰਦਾਤਾਂ ਹੋ ਜਾਣ, ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਆ ਜਿਹੜਾ ਇਸ ਵਾਲੀਆ ਨਿਸ਼ਾਨ ਵੀ ਖੜ੍ਹਾ ਹੁੰਦਾ। ਅਤੇ ਅਸੀਂ ਵਾਰ ਵਾਰ ਵੀ ਅੱਗੇ ਕਹਿ ਚੁੱਕੇ ਹਾਂ ਫਲੋਰ ਦੇ ਵਿੱਚ ਆ ਜਿਹੜੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਵੀ ਇਹਨਾਂ ਦੇ ਉੱਤੇ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੜੇ ਰੁੱਖ ਆ ਜਿਹੜੇ ਅਪਣਾਉਣੇ ਚਾਹੀਦੇ ਆ ਤਾਂ ਜੋ ਜਿਹੜਾ ਇੱਦਾਂ ਦੇ ਚੋਰ ਆ ਜਾਂ ਨਸ਼ੇੜੀ ਇੱਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹਨਾਂ 'ਤੇ ਠੱਲ ਪਾਈ ਜਾ ਸਕੇ। ਭਾਜੀ ਕੀ ਨਾਮ ਹੈ? ਵਿੱਕੀ। ਕੀ ਨਾਮ, ਕੀ ਮਸਲਾ ਹੋਇਆ ਭਾਜੀ? ਮੈਂ ਬਈ ਫਲੋਰ ਤੋਂ ਸ਼ਾਹਪੁਰ ਨੂੰ ਜਾਂਦਾ ਸੀ ਕੰਮ ਤੋਂ, ਪਿੱਛੋਂ 2 ਬੰਦਿਆਂ ਨੇ ਆ ਕੇ ਮੋਟਰਸਾਈਕਲ ਮਾਰਿਆ ਪਹਿਲਾਂ ਵਿੱਚ ਅਤੇ ਮੈਨੂੰ ਸਿੱਟਿਆ। 3 ਬੰਦੇ ਟੋਟਲ 5 ਬੰਦੇ ਸੀ, 3 ਬੰਦੇ ਚੱਕ ਕੇ ਲਗੇ ਅੰਦਰ ਵੱਲ ਜਾ ਕੇ ਮਾਰਿਆ ਕੁੱਟਿਆ, ਪੈਰ 'ਚ ਹੈਲਮਟ ਮਾਰੇ, ਲੋਟਕ ਫੋਨ ਵੀ ਲੈ ਗਿਆ, ਪੈਸੇ ਵੀ ਲੈ ਗਿਆ ਭਾਅ ਜੀ। ਹਾਂ, ਗੁੱਜੀ ਹੱਟਾ ਦਾਤ ਵੀ ਸੀ ਉਹਨਾਂ ਦੇ ਕੋਲ। ਹਾਂਜੀ, ਟੋਟਲ 4 ਬੰਦੇ ਸੀ? 5 ਬੰਦੇ ਸੀਗੇ ਜੀ। ਅੱਛਾ, ਤੁਹਾਨੂੰ ਲਗੇ ਕਿੱਥੇ ਚੱਕੇ? ਅੰਦਰ ਰੇਲਵੇ ਲਾਈਨ ਵੱਲ ਨੂੰ ਜਦੋਂ ਮੈਂ ਡਿੱਗਿਆ ਮੈਨੂੰ ਉੱਥੋਂ ਕੁੜੀ ਸੀ ਕੇ ਅੰਦਰ ਲੱਗ ਗਿਆ। ਹਾਂਜੀ, ਆ ਪਜਾਮਾ ਪਜਾਮਾ ਸਾਰੇ ਪਾਟ ਗਿਆ। ਤੇ ਮੋਟਰਸਾਈਕਲ ਵੀ ਸੀ ਤੁਹਾਡੇ ਕੋਲ? ਹਾਂਜੀ, ਮੋਟਰਸਾਈਕਲ ਸੀਗਾ। ਉਹ ਕਿੱਥੇ ਤੁਹਾਡੇ ਕੋਲ? ਮੋਟਰਸਾਈਕਲ ਦੇ ਕੋਲ ਹੀ ਆ। ਹਾਂਜੀ। ਅੱਛਾ ਜੀ। ਹਾਂਜੀ, ਤੇ ਸੱਟਾਂ ਮਾਰੀਆਂ ਤੁਹਾਡੇ ਕੋਲ? ਸੱਟਾਂ ਮਾਰੀਆਂ। ਹਾਂਜੀ, ਹੈਲਮਟ ਮਾਰੇ ਸਿਰ 'ਤੇ, ਮੇਰੀ ਮੇਰੇ ਕੋਲ ਸਟੀਲ ਦੀ ਬੋਤਲ ਸੀ ਉਹ ਸਿਰ 'ਤੇ ਮਾਰੀ, ਉਹਨਾਂ ਕੋਲ ਦਾਤ ਸੀ ਉਹ ਪੁੱਠੇ ਇੱਥੇ ਮਾਰੇ ਪਿੱਛੇ ਮੋਢੇ 'ਤੇ। ਅੱਛਾ, 5 ਜਣੇ ਸੀਗੇ ਇੱਕ ਮੋਟਰਸਾਈਕਲ 'ਤੇ ਸੀ? ਨਹੀਂ, 3 ਜਣੇ ਅੰਦਰ ਖੜ੍ਹੇ ਸੀ। ਓਕੇ। 2 ਜਣੇ ਪਿੱਛੋਂ ਮੋਟਰਸਾਈਕਲ ਦੇ ਆ ਕੇ ਸਿੱਟਿਆ ਉਹਨੇ ਮੈਨੂੰ। ਅੱਛਾ, ਕੋਈ ਪਛਾਣ 'ਚ ਹੈਗਾ ਤੁਹਾਡੇ?
ਇੱਕ ਬੰਦਾ ਹੈਗਾ ਜੀ। ਪ੍ਰਸ਼ਾਸਨ ਤੋਂ ਮੰਗ ਕੀ ਕਰਨੀ ਚਾਹੀਦੀ? ਮਿਹਨਤ ਕਰਕੇ ਖਾਂਦੇ ਹਾਂ, ਇੱਧਰ ਤਾਂ ਨਹੀਂ ਹੋਣਾ ਚਾਹੀਦਾ। ਮੈਂ ਤਾਂ ਮਿਹਨਤ ਬਥੇਰੀਆਂ ਕਰਦੇ ਰਹੇ ਵੀ ਭਾਈ ਫੋਨ ਦੇ ਦਿਓ, ਪੈਸੇ ਲੈ ਜਾਓ, ਪਰ ਨਹੀਂ, ਮਾਰਿਆ ਬਹੁਤ ਜ਼ਿਆਦਾ ਜੀ। ਡਾਕਟਰ ਸਾਹਿਬ ਕੀ ਨਾਮ ਹੈ ਜੀ? ਇੱਕ ਤੁਹਾਡੇ ਕੋਲ ਪੇਸ਼ੈਂਟ ਆਇਆ, ਉਹਨਾਂ ਦੱਸ ਰਿਹਾ ਵੀ ਲੁੱਟ ਖੋ ਹੋਈ ਹੈ, ਕਿੰਨੀ ਕੁ ਸੱਟ ਲੱਗੀ ਹੈ, ਕਿੱਥੇ ਦਾ ਨਾਮ ਲਿਆ? ਹਾਂਜੀ, ਸਾਡੇ ਕੋਲ ਹੁਣ ਇੱਕ ਬਲਜੀਤ ਰਾਏ ਨਾਮ ਦਾ ਪੇਸ਼ੈਂਟ ਆਇਆ, ਲੁੱਟ ਖੋ ਦੀ ਹਿਸਟਰੀ ਦੇ ਰਿਹਾ ਤਾਂ ਫਿਰ ਬੱਚਿਆਂ ਨੇ ਉਹਦਾ ਇਲਾਜ ਕਰਤਾ, ਬਾਕੀ MLR ਵੀ ਉਹਦੀ ਕੱਢ ਦਿੱਤੀ ਗਈ। ਹਾਂਜੀ ਠੀਕ ਹੈ, ਬਾਕੀ ਐਕਸਰੇ ਵਗੈਰਾ ਕਰਵਾ ਕੇ ਦੇਖਾਂਗੇ ਸਰ। ਜਿੱਦਾਂ ਸਾਈਡ ਤੇ ਕਹਿੰਦਾ ਸਰ ਹੈਲਮੈਟ ਮਾਰੇ ਹੋਏ ਆ, ਬਾਕੀ ਥੋੜਾ ਐਕਸਰੇ ਵੀ ਪਤਾ ਲੱਗੇਗਾ ਥੋੜਾ। ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਪੁਲਿਸ ਆ ਜਿਹੜਾ ਇਸ ਨੌਜਵਾਨ ਦੇ ਨਾਲ ਲੁੱਟ ਹੋਈ ਆ, ਉਹਦੇ ਗੂਗਲ ਪੇ ਦਾ ਪਾਸਵਰਡ ਵੀ ਉਹਨਾਂ ਵੱਲੋਂ ਲਿਆ ਗਿਆ, ਅਤੇ ਉਹਦੇ ਵਿੱਚੋਂ ਵੀ ਉਹਨੇ ਦੱਸਿਆ ਵੀ ਮੇਰੇ ਅਕਾਊਂਟ ਦੇ ਵਿੱਚ 10,000 ਦੇ ਲਗਭਗ ਰੁਪਈਏ ਸੀਗੇ ਆ ਜਿਹੜੇ ਉਹ ਮੇਰੇ ਸਾਹਮਣੇ ਉਹਨਾਂ ਨੇ ਪਾਸਵਰਡ ਲੈ ਕੇ, ਜਦੋਂ ਮੈਂ ਨਹੀਂ ਦੱਸਦਾ ਸੀ ਤਾਂ ਮੈਨੂੰ ਕੁੱਟਮਾਰ ਕੀਤੀ ਜਾਂਦੀ ਸੀ, ਅਤੇ ਹੁਣ ਜਿਹੜਾ ਪੁਲਿਸ ਉਹਨਾਂ ਦੋਸ਼ੀਆਂ ਤੱਕ ਪਹੁੰਚਦੀ ਆ ਜਾਂ ਨਹੀਂ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਮੈਂ ਫਲੋਰ ਤੋਂ ਕੈਮਰਾਮੈਨ ਵਿਜੇ ਦੇ ਨਾਲ ਅਮਰਜੀਤ ਸਿੰਘ ਮੋਨੂ।